ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਪੜਾਚਾ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਬੰਦੇਸ਼ਾ ਡੇਅਰੀ ਫਾਰਮ 'ਤੇ ਆਪਾਂ ਪਹੁੰਚੇ ਹਾਂ ਪਿੰਡ ਪੜਾਚਾ ਦੇ ਵਿੱਚ। ਅਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ ਅਤੇ ਚੰਗੇ ਪਸ਼ੂ ਹਮੇਸ਼ਾ ਤੁਹਾਨੂੰ ਦਿਖਾਈ ਦੇ ਆ। ਅੱਜ ਵੀ ਵੀਰ ਜੀ ਹੋਣਾ ਕੋਲ 5 ਵੈੜਾਂ ਵਾ ਅਤੇ ਸਾਰੀਆਂ ਇੱਕੋ ਜਿਹੇ ਕੱਦ ਦੀਆਂ ਆਪਾਂ ਦੇਖ ਸਕਦੇ ਹਾਂ, ਚੰਗੇ ਉੱਚੇ ਕੱਦ ਕਾਠ ਦੀਆਂ ਵਾ। ਇਹਨਾਂ ਚਾਰਾਂ ਦੇ ਇੱਕੋ ਜਿਹੇ ਕੱਦ ਆ, ਨਾ ਕੋਈ ਵੱਡੀ ਨਾ ਕੋਈ ਛੋਟੀ, ਅਤੇ ਆਹ ਦੇਖ ਸਕਦੇ ਸਾਰੀਆਂ ਗੱਭਣਾਂ ਹੀ ਤੁਹਾਨੂੰ ਦਿਖਾਉਣੀਆਂ ਅੱਜ, ਗੱਲਬਾਤ ਆਪਾਂ ਵੀਰ ਜੀ ਹੋਣਾ ਨਾਲ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਠੀਕ ਠਾਕ ਜੀ, ਚਲੋ ਵਧੀਆ ਚਾਹੀਦਾ ਜੀ। ਅਤੇ ਅੱਜ ਗੁਰੂ ਭਾਅ ਜੀ ਨਹੀਂ ਵਿਖਾਉਂਦੇ? ਹਾਂਜੀ, ਉਹ ਜਿਹੜਾ ਸ਼ਹਿਰ ਨੂੰ ਗਏ ਜੀ। ਠੀਕ ਆ, ਅੱਜ ਤੁਹਾਡੀ ਡਿਊਟੀ ਲੱਗ ਗਈ ਫਿਰ? ਹਾਂਜੀ ਹਾਂਜੀ ਵੀਰ ਜੀ। ਠੀਕ ਆ, ਚਲੋ ਨਾਮ ਦੱਸਦੇ ਇੱਕ ਵਾਰੀ ਫਿਰ। ਨਾਂ ਰਣਜੋਤ ਸਿੰਘ ਜੀ। ਹਾਂਜੀ ਹਾਂਜੀ, ਪਿੰਡ ਪਰਾਚਾ ਜੀ। ਠੀਕ ਆ, ਹਾਂਜੀ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਹੈ ਨਾ? ਹਾਂਜੀ ਹਾਂਜੀ। ਅਤੇ ਫੋਨ ਨੰਬਰ ਵੀ ਬੋਲਦੇ ਇੱਕ ਵਾਰੀ? 9784। ਹਾਂਜੀ, 1515-3। ਠੀਕ ਆ ਜੀ, ਠੀਕ। ਅਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਪਹਿਲੇ ਨੰਬਰ 'ਤੇ ਹੀ ਆ ਜਿਹੜੀ, ਇਹਦੇ ਤੋਂ ਹੀ ਆਪਾਂ ਕਰਨੀ ਆ। ਹਾਂ ਦੇਖ ਸਕਦੇ, ਸਗੋਂ ਡਰਦੀ ਡਰਦੀ ਆ ਸਾਡੇ ਕੋਲੋਂ, ਬਾਕੀ ਭਲਾ ਭੁਲਾ ਹਵਾਨੇ 'ਤੇ ਪਈਆਂ ਵਾ ਕੁਛ। ਅਤੇ ਆ ਥਣ ਵੀ ਇਹਦੇ ਦੇਖ ਸਕਦੇ ਜੀ। ਅਤੇ ਇੱਕ ਵੀਰ ਜੀ ਪਿੱਛੇ ਛਾਂਗਾਂ ਜਿਹੀਆਂ ਲੱਗੀਆਂ, ਕੋਈ ਗਲਤ ਨਹੀਂ ਹੁੰਦਾ? ਥਣ ਪ੍ਰੋਪਰ ਹੱਥ 'ਚ ਆਉਣ ਵਾਲੀ ਉਸ ਤਰ੍ਹਾਂ ਤਿਆਰ ਹੀ ਆ ਜਿਹੜੀ। ਕਿੰਨਾ ਕੁ ਵੀਰ ਜੀ ਲੈ ਜਾਊਗੀ ਟਾਈਮ? ਇਹ ਦੋ ਚਾਰ ਦਿਨ। ਅਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ? ਅੱਛਾ, 20 ਤੋਂ ਬਾਹਰ ਹੀ ਜਿਹੜਾ ਜਾਊਗੀ। ਤੋਰਦੀ ਹਾਂ ਫਿਰ ਇੱਕ ਵਾਰੀ ਇਹਨੂੰ ਆਪਾਂ, ਬਾਕੀ ਇਹਦੇ ਢਿੱਲਾ ਢੁੱਲਾ ਹੈਗੇ ਆ ਕੁਛ ਹਵਾਨੇ 'ਚ। ਚੰਗੀ ਤਿਆਰ ਹੁੰਦੀ ਹੈ ਥੱਲੇ, ਉੱਧਰ ਨੂੰ ਲੈ ਜਾਓ ਵੀਰ ਜੀ ਇੱਕ ਵਾਰੀ, ਉੱਥੋਂ ਘੁਮਾ ਲਿਓ। ਠੀਕ ਹੈ ਵੀਰ ਜੀ, ਆ ਜਾਓ ਲੈ ਆਓ ਜੀ। ਬਾਕੀ ਚੰਗੀ ਤਿਆਰ ਹੋਣੀ ਆ ਸੁਣ ਤੱਕਰ, ਅਜੇ ਪਿੱਛੇ ਢਿੱਲਾ ਹੈਗੀਆਂ ਹਵਾਨੇ ਦੇ ਵਿੱਚ। ਅਤੇ ਵੀਰ ਜੀ ਇਹਦਾ ਫਿਰ ਕੀ ਮੁੱਲ ਰੱਖਣਾ ਜੀ ਆਪਾਂ? ਅੱਛਾ, ਇਹਦਾ ਮੁੱਲ ਫੋਨ 'ਤੇ ਕਰਨਾ? ਠੀਕ ਹੈ ਜੀ। ਅਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ 'ਤੇ ਜੀ, ਥਣਾਂ ਦਾ ਸਾਈਜ਼ ਗੈਪ ਇਹਦਾ ਆਪਾਂ ਦੇਖ ਸਕਦੇ ਹਾਂ। ਅਤੇ ਮਿਲਕ ਮੈਨ ਵੀ ਚੰਗੀ ਲੱਗੀ ਹੈ ਜਿਹੜੀ, ਹੈਗੀਆਂ ਜਿਹੜੀਆਂ ਸਾਰੀਆਂ ਕਰੋਸ 'ਚ ਆ, ਗਾੜੀ ਗਰਮੀ ਦਾ ਮੌਸਮ ਆਉਂਦਿਆਂ ਸਾਰੀਆਂ ਗਰਮੀ ਚੱਲਣ ਵਾਲੀਆਂ। ਅਤੇ ਇਹਦਾ ਵੀਰ ਜੀ ਕਿੰਨਵਾਂ ਸੂਆ ਜੀ? ਇਹ ਦੂਜਾ ਸੂਆ ਜੀ। ਅਤੇ ਇਹ ਕਿੰਨੇ ਕੁ ਦੁੱਧ ਵਾਲੀ ਜੀ? ਇਹ ਵੀ 20 ਤੋਂ ਬਾਹਰ ਹੀ ਜੀ ਭਾਜੀ। ਅੱਛਾ, 20 ਤੋਂ ਬਾਹਰ ਵਾਲੀ ਆ, 22-23 ਕਿਲੋ ਵਾਲੀ ਆ। ਠੀਕ ਹੈ ਜੀ, ਹਾਂਜੀ। ਅਤੇ ਇਹ ਕਿੰਨਾ ਕੁ ਲੈ ਜੂ ਟਾਈਮ ਆ ਜੀ? ਇਹ ਲੈ ਜੂ ਹਫ਼ਤਾ ਜੀ। ਤੋਰ ਦੀ ਫਿਰ ਇਹਨਾਂ ਨੂੰ, ਕੋਈ ਹਫ਼ਤਾ 10 ਦਿਨ ਜੀ ਲੈ ਜੂਗੀ। ਅਤੇ ਚੰਗੀ ਭਰਨੀ ਹੈ ਇਹ ਵੀ, 22-23 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ, ਬਾਕੀ ਚੰਗੇ ਕੱਦ ਕਾਠ ਵਾਲੀ ਆ। ਬਾਕੀ ਬੋਡੀ ਦੀ ਸ਼ਾਈਨ, ਬੋਡੀ ਦਾ ਸਟਰਕਚਰ ਜਿਹੜਾ ਚੰਗਾ, ਚੰਗੇ ਪਸ਼ੂ ਹੁੰਦੇ ਵੀਰ ਜੀ ਉਹਨਾਂ ਕੋਲ ਜਦੋਂ ਵੀ ਆਈ ਤਾਂ। ਬਾਕੀ ਇੱਥੇ ਆ ਕੇ ਪਸੰਦ ਕਰਕੇ ਆਪਣੀ ਮਰਜ਼ੀ ਨਾਲ ਵੇਚ ਚਾਖ ਕੇ ਖੜੋ, ਜਿਹੜੀ ਪਸੰਦ ਹੋਵੇ ਉਹੀ ਲੈ ਜਾਓ। ਅਜੇ ਪੂਰੀ ਭਰਨੀ ਆ ਥੱਲਿਆਂ ਜਿਹੜੀ। ਅਤੇ ਇਹਦਾ ਵੀਰ ਜੀ ਕੀ ਰੱਖਣਾ ਜੀ ਮੁੱਲ? ਜਿੰਨੀਆਂ ਵੀਡੀਓ ਬਣੀ ਸਾਰਾ ਮੇਰਾ ਆਪ ਫੋਨ 'ਤੇ ਮੁੱਲ ਦੱਸਾਂਗੇ ਤਾਂ।
ਦੱਸ ਹੀ ਦਿੰਦੇ ਆ ਵੀਰ ਜੀ ਮੁੱਲ ਫੋਨ ਤੇ ਕੀ ਕਰਨੇ ਜੇ ਫਿਰ ਮੁੱਲ ਤੋਂ ਤਾਂ 50 ਮੰਗਨੇ ਪਰ 45 ਦੇ ਦੇਵਾਂਗੇ ਆਹ ਵਾਲੀ ਚਿੱਟੀ ਜਿਹੜੀ ਹੈ ਨਾ ਪਹਿਲੇ ਨੰਬਰ ਵਾਲੀ 45 ਦੀ ਜਿਹੜੀ ਕਹਿੰਦੇ ਦੇ ਦੇਵਾਂਗੇ ਤੇ ਆਹ ਕਿੰਨੇ ਦੀ ਦੇ ਦੇਣੀ ਆਪਾਂ ਮੁੱਲ 60 ਕਰਨੇ 55 ਦੀ ਦੇ ਦੇਵਾਂਗੇ ਅੱਛਾ 55,000 ਦੀ ਦੇ ਦਿਓਗੇ ਠੀਕ ਆ ਤੇ ਹੁਣ ਜਿਹੜੀ ਆਪਣੇ ਕੋਲ ਆ ਗਈ ਤੀਸਰੇ ਨੰਬਰ ਤੇ ਇਹਦਾ ਕਰਦੇ ਸਾਰੀਆਂ ਨੂੰ ਚਾਹ ਦੇ ਥਣ ਬੜਾ ਲਾਜਵਾਬ ਆ ਥਣ ਦੇਖ ਸਕਦੇ ਬੜਾ ਕਮਾਲ ਦਾ ਵਾ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਇਹਨਾਂ 'ਚ ਪੂਰੀਆਂ ਵਾ ਤੇ ਇਹ ਵੀ ਕ੍ਰੋਸ ਪੰਚ ਹੀ ਆ ਤੇ ਇਹ ਵੀਰ ਜੀ ਕਿੰਨੇ ਕੁ ਦੁੱਧ ਵਾਲੀ ਜੀ ਇਹ ਦੁੱਧ ਵੀ 18 ਕਿਲੋ ਦੇਏਗੀ ਅੱਛਾ ਜੀ ਹਾਂਜੀ ਠੀਕ ਆ ਤੋਰੀਆਂ ਫਿਰ ਇਹਨਾਂ ਵੀ ਇੱਕ ਵਾਰੀ ਚੰਗੇ ਬੋਡੀ ਸਟਰਕਚਰ ਦੀਆਂ ਵਾ ਬਾਕੀ ਕੋਈ ਵੀਰ ਚੰਗੀ ਸਾਂਭ ਵਾਲਾ ਕੋਈ ਲੈ ਜੇ ਤੇ ਦੁੱਧ ਚੰਗਾ ਚਵਾਈ ਜਾਣਾ ਇਹਨਾਂ ਨੇ ਦੇਖ ਸਕਦੇ ਜੀ ਉਰੇ ਵੱਡੇ ਕੱਦ ਕਾਠਦੀ ਆ ਤੇ ਚੰਗੀ ਤਿਆਰ ਹੁੰਦੀ ਥੱਲੇ ਵੀ ਬਾਕੀ ਹਵਾਨੇ ਤੇ ਨਾੜਾਂ ਵੀ ਦੇਖ ਸਕਦੇ ਚੰਗੀਆਂ ਵਾ ਭਲਾ ਭੁਲਾ ਹਵਾਨੇ ਤੇ ਜਿਹੜੀਆਂ ਕੁਛ ਕੁਛ ਹੈਗੀਆਂ ਵਾ ਤੇ ਇਹ ਵੀ ਜਲਦੀ ਸੂ ਪੈਣੀ ਬਹੁਤਾ ਟਾਈਮ ਨਹੀਂ ਖੜਨਾ ਅੱਜ ਲਗਭਗ ਜਿਹੜਾ ਹਫ਼ਤੇ ਕੁ ਦੇ ਅੰਦਰ ਅੰਦਰ ਸੂਣ ਵਾਲੀਆਂ ਗਾਵਾਂ ਵਾ ਜਿਹੜੀਆਂ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਰੱਖਣਾ ਫਿਰ 65,000 ਦੀ ਦੇ ਦਊਗੇ ਠੀਕ ਹੈ ਬਾਕੀ ਮਾਨ ਤਾਨ ਮੌਕੇ ਤੇ ਹੋ ਜੂਗਾ ਠੀਕ ਹੈ ਜੀ ਤੇ ਇੱਕ ਆਹ ਦੇਖ ਸਕਦੇ ਚੰਗੀ ਸਾਂਭੀ ਆ ਕਿਸੇ ਵੀਰ ਨੇ ਚੰਗੀ ਰੀਝ ਨਾਲ ਸਾਂਭੀ ਆ ਤੇ ਇਹਦੇ ਵੀ ਥਣ ਦੇਖ ਸਕਦੇ ਜੇ ਲਾਗੇ ਤਾਂ ਮਿਲਕਮੇਨ ਵੀ ਚੰਗੀ ਆ ਜਿਹੜੀ ਇਹਦੀ ਤੇ ਚੰਗਾ ਬੋਡੀ ਸਟਰਕਚਰ ਆ ਇਹ ਵੀਰ ਜੀ ਕਿੰਨੇ ਕੁ ਦੁੱਧ ਵਾਲੀ ਜੀ ਕਿਲੋ ਬਾਕੀ ਇਹ ਆ ਕਿ ਸਾਂਭੀਆਂ ਸੁੰਭੀਆਂ ਚੰਗੀਆਂ ਵਾ ਹਨਾ ਠੀਕ ਆ ਤੇ ਤੋਰਦੀ ਹੈ ਫਿਰ ਇਹਨਾਂ ਵੀ ਬਾਕੀ ਸਾਂਭ ਸੁੰਭ ਚੰਗੀ ਹੋਈ ਆ ਗਾੜੀ ਵੀ ਕੋਈ ਚੰਗੀ ਸਾਂਭ ਵਾਲਾ ਕੋਈ ਲਾ ਜੇ ਤੇ ਦੁੱਧ ਚੰਗਾ ਕੱਢੀ ਜਾਣਾ ਇਹਨੇ ਪੂਰੀਆਂ ਜੰਮੀਆਂ ਪਲੀਆਂ ਵਾ ਜਿਹੜੀਆਂ ਇਹ ਦੁੱਧ ਵੱਧ ਵੀ ਕੱਢ ਸਕਦੀਆਂ ਵਾ ਜਗਰੂ ਭਾਜੀ ਦੇ ਘਰ ਆਪਾਂ ਵੀਡੀਓ ਬਣਾਉਂਦੇ ਹਾਂ ਅੱਗੇ ਹਮੇਸ਼ਾ ਜਗਰੂ ਭਾਜੀ ਬੋਲਦੇ ਅੱਜ ਪਹਿਲੀ ਵਾਰੀ ਭਾਜੀ ਹੋਣੀ ਆਪਾਂ ਨੂੰ ਦੇ ਦੱਸਣ ਬਾਕੀ ਤਾਂ ਕਰਕੇ ਕੋਈ ਚੀਜ਼ ਕੋਈ ਦੱਸਣ ਵਾਲੀ ਜਾਂ ਪੁੱਛਣ ਵਾਲੀ ਰਹਿ ਗਈ ਹੋਵੇ ਤਾਂ ਤੁਸੀਂ ਫੋਨ 'ਤੇ ਦੁਬਾਰਾ ਜਿਹੜਾ ਪੁੱਛ ਸਕਦੇ ਜੀ ਬਾਕੀ ਪੂਰੀ ਤਿਆਰ ਹੋਣੀ ਹੈ ਵੀ ਥੱਲੇ ਚੰਗੇ ਬੋਡੀ ਵੇਟ ਦੀ ਅਤੇ ਚੰਗੇ ਬੋਡੀ ਸਟਰਕਚਰ ਦੀ ਆ ਬਾਕੀ ਜਿਹੜੇ ਵੀਰਾਂ ਨੂੰ ਪਛਾਣ ਹੈ ਉਹਨਾਂ ਨੇ ਆਪੇ ਜਿਹੜਾ ਪਛਾਣ ਹੀ ਲੈਣੀਆਂ ਚੀਜ਼ਾਂ ਤੇ ਇਹਦਾ ਮੁੱਲ ਵੀਰ ਜੀ ਫਿਰ 55,000 ਦੀ ਦੇ ਦਓਗੇ ਠੀਕ ਹੈ ਬਾਕੀ ਵਿੱਚ ਛੋਟ ਛਾਟ ਹੋ ਜੂਗੀ ਹੈ ਨਾ ਅਤੇ ਆਹ ਵੀਰ ਜੀ ਕਿੰਨੇ ਕੁ ਦੁੱਧ ਵਾਲੀ ਜੇ ਬਾਕੀ ਆਹ ਮੱਝਾਂ ਘਰੇ ਰੱਖੀਆਂ ਜੇ ਉਸ ਤਰ੍ਹਾਂ ਹਾਂ ਦੇਖ ਸਕਦੇ ਚੰਗੀਆਂ ਸੋਹਣੀਆਂ ਮੱਝਾਂ ਰੱਖੀਆਂ ਆਹ ਸੂਈ ਕਿ ਗੱਬਨ ਜਿਹਾ ਵਾਲੀ ਇਹ ਸੂਈ ਆਹ ਦੇਖ ਸਕਦੇ ਜੇ ਘਰ ਦੀਆਂ ਝੋਟੀਆਂ ਵਾ ਘਰ ਵਾਸਤੇ ਚੰਗੀਆਂ ਸੋਹਣੀਆਂ ਝੋਟੀਆਂ ਜਿਹੜੀਆਂ ਚੰਗੇ ਸੋਹਣੇ ਪਸ਼ੂ ਜਿਹੜੇ ਰੱਖੇ ਆ ਆਹ ਬਾਕੀ ਐਰ ਸ਼ਹਿਰ ਗਾਵਾਂ ਵੀ ਵੀਰ ਜੀ ਉਹਨਾਂ ਨੇ ਘਰੇ ਜਿਹੜੀਆਂ ਰੱਖੀਆਂ ਆਹ ਦੇਖ ਸਕਦੇ ਜੇ ਸਾਰਾ ਚੰਗੇ ਪਸ਼ੂ ਜਿਹੜੇ ਰੱਖੇ ਆ ਵੱਛੀ ਵੀ ਚੰਗੀ ਘਰ ਦੀ ਤਿਆਰ ਕੀਤੀ ਆ ਵੀ ਐਰ ਸ਼ਹਿਰ ਜਦੋਂ ਆਈ ਤਾਂ ਛੋਟੀਆਂ ਛੋਟੀਆਂ ਸੀ ਹੁਣ ਗੱਭਣਾਂ ਜਿਹੜੀਆਂ ਹੋ ਗਈਆਂ ਗਾਂ ਦੋਵੇਂ ਜੋੜਾ ਹੀ ਆਹ ਦੇਖ ਸਕਦੇ ਜੀ ਕਾਫੀ ਸੋਹਣੀਆਂ ਵੈੜਾਂ ਜਿਹੜੇ ਘਰੇ ਵੀ ਪਸ਼ੂ ਜਿਹੜੇ ਚੰਗੇ ਰੱਖੇ ਆ
ਹੁਣ ਇੱਧਰ ਵੀ ਆ ਕੱਟੀ ਵੀ ਇੱਕ ਚੰਗੀ ਝੋਟੀ ਤਿਆਰ ਕਰਨ ਦੇ ਆ। ਬਾਕੀ ਚੰਗੀ ਚੀਜ਼ ਸਾਂਭਣ ਦਾ ਵੀ ਜਿਹੜਾ ਫਾਇਦਾ ਵਾ, ਆਹ ਸਭ ਜਿਹੜਾ ਘਰ ਦਾ ਹੀ ਮਾਲ ਤਿਆਰ ਕੀਤਾ ਵਾ। ਇੱਧਰ ਵੀ ਆ ਵੱਛੀਆਂ, ਉੱਧਰ ਵੀ ਤੁਸੀਂ ਦੇਖ ਸਕਦੇ ਜੀ। ਅਤੇ ਇੱਕ ਜਿਹੜੀ ਰਹਿ ਗਈ ਆ ਇਹ ਵੀ ਤੁਹਾਨੂੰ ਆਪਾਂ ਦਿਖਾ ਦਈਏ ਹੁਣ। ਅਤੇ ਇਹ ਵੀ ਜੀ ਕਿੰਨੇ ਕੁ ਦੁੱਧ ਵਾਲੀ ਜੀ? ਠੀਕ ਹੈ ਜੀ। ਅਤੇ ਤੋਰ ਦਈਏ ਫਿਰ ਇਹਨਾਂ ਵੀ ਆਪਾਂ। ਬਾਕੀ ਕੱਦ ਕਾਠ ਇਹਦਾ ਵੀ ਚੰਗਾ ਵਾ ਅਤੇ ਰੰਗ ਰੂਪ ਦੀ ਵੀ ਚੰਗੀ ਆ। ਅੱਜ ਲੈ ਆਓ ਜੀ। ਅਤੇ ਇਹਦਾ ਵਿੱਚ ਕੀ ਰੱਖਣਾ ਮੁੱਲ? ਸਾਰੀਆਂ ਦਿਖਾਈਆਂ, ਸੂਈ ਕੋਈ ਵੀ ਨਹੀਂ ਆ। ਤੇ ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀ ਪਾਸ ਕਰਕੇ ਵੇਚ ਚਾਹ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।